ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਮੌਸਮ ਦੀ ਗੱਲ ਕਰਾਂਗੇ ਅੱਜ ਰਾਤ ਦੀ ਆਪਾਂ ਕਿ ਅੱਜ ਦੇਰ ਸ਼ਾਮ ਤੋਂ ਲੈ ਕੇ ਕੱਲ ਸਵੇਰ ਤੱਕ ਪੰਜਾਬ ਦੇ ਮੌਸਮ ਦੀ ਕੀ ਹਲਚਲ ਹੋਣ ਦੇ आसार ਨੇ ਪਹਿਲਾ ਗੱਲ ਕਰਦੇ ਆ ਅੱਜ 24 April ਦੇਰ ਸ਼ਾਮ ਤੋਂ ਲੈ ਕੇ ਅੱਧੀ ਰਾਤ ਤੱਕ ਦੇ ਮੌਸਮ ਦੀ ਅੱਜ ਜੋ ਲਗਭਗ ਸ਼ਾਮ ਵੇਲੇ ਦੇ ਮੌਸਮ ਦੀ ਗੱਲ ਕਰਦਾ ਪੰਜਾਬ ਦਾ ਮੌਸਮ ਜਿਆਦਾਤਰ ਆਪਾਂ ਨੂੰ ਸ਼ਾਮ ਦੇ ਵੇਲੇ ਠੀਕ ਠਾਕ ਦੇਖਣ ਨੂੰ ਮਿਲੇਗਾ ਉੱਤਰ ਪੱਛਮੀ ਹਵਾਵਾਂ ਮੱਧਮ ਰਫ਼ਤਾਰ ਤੇ ਚਲਦੀਆਂ ਰਹਿਣਗੀਆਂ ਪਰ ਆਪਾਂ ਨੂੰ ਕੁਝ ਹਿੱਸਿਆਂ ਦੇ ਵਿੱਚ ਮੌਸਮ ਪੰਜਾਬ ਦਾ ਵਾ ਰਾਤ ਦੇ 8 7 ਜਾਂ 9 ਵਜੇ ਦੇ ਆਸ-ਪਾਸ ਤੋਂ 8 9 ਵਜੇ ਤੋਂ ਲੈ ਕੇ ਅੱਧੀ ਰਾਤ ਤੱਕ ਕੁਝ ਹਿੱਸਿਆਂ ਵਿੱਚ ਬਦਲ ਸਕਦਾ ਹੈ ਕੁਝ ਭਾਗਾਂ ਦੇ ਵਿੱਚ ਬੱਦਲਬਾਈ ਨਾਲ ਹਨੇਰੀ ਕਹਿਦੀ ਹੈ ਜਾਂ ਤੇਜ਼ ਹਵਾਵਾਂ ਤੇ ਕੁਝ ਹਿੱਸਿਆਂ ਵਿੱਚ ਸ਼ਰਾਟੇਦਾਰ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੇ ਕੁਝ ਪੱਛਮੀ ਅਤੇ ਦੱਖਣ ਪੱਛਮੀ ਖੇਤਰੇ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜਿਵੇਂ ਇਲਾਕਿਆਂ ਦੀ ਗੱਲ ਕਰੀਏ ਤਾਂ ਫਾਜ਼ਿਲਕਾ ਹੋ ਗਿਆ ਮੁਕਸਰ ਫਰੀਦਕੋਟ ਫਿਰੋਜ਼ਪੁਰ ਤੇ ਇਸ ਤੋਂ ਇਲਾਵਾ ਕੁਝ ਮਾਝੇ ਦੇ ਪੱਛਮੀ ਭਾਗ ਸਰਹੱਦੀ ਖੇਤਰ ਸੋ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਅੱਧੀ ਰਾਤ ਤੱਕ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ 8 ਜਾਂ 9 ਵਜੇ ਦੇ ਆਸ-ਪਾਸ ਤੋਂ ਲੈ ਕੇ ਤੇ ਇਨ੍ਹਾਂ ਭਾਗਾਂ ਵਿੱਚ ਮੀਂਹ ਦੇ ਅਸਰ ਜਾਂ ਗਰਜ ਚਮਕ ਹੋ ਸਕਦੀ ਹੈ ਜਾਨਕੀ ਮੌਸਮ ਦਾ ਬਦਲਾ ਇਨ੍ਹਾਂ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਤੇ ਉਸ ਤੋਂ ਬਾਅਦ ਜੇਕਰ ਇਹ ਬੱਦਲੀ ਸਿਸਟਮ ਥੋੜੇ ਜਿਹੇ ਇਸੇ ਤਰ੍ਹਾਂ ਤਖੜੇ ਰੂਪੇ ਚ ਅੱਗੇ ਵਧਦੇ ਰਹੇ ਤਾਂ ਇਨ੍ਹਾਂ ਦੇ ਨਾਲ ਲੱਗਦੇ ਇਲਾਕੇ ਜਿਵੇਂ ਮੁਕਸਰ ਸਾਹਿਬ ਹੋ ਗਿਆ ਬਠਿੰਡਾ ਫਰੀਦਕੋਟ ਮੋਗਾ ਜ਼ਿਲ੍ਹਾ ਜਲੰਧਰ ਕਪੂਰਥਲਾ ਬਰਨਾਲਾ ਮਾਨਸਾ ਕੁਝ ਭਾਗ ਲੁਧਿਆਣੇ ਦੇ ਤਾਂ ਇਨ੍ਹਾਂ ਹਿੱਸਿਆਂ ਦੇ ਵਿੱਚ ਵੀ ਆਪਾਂ ਨੂੰ ਅੱਧੀ ਰਾਤ ਦੇ ਆਸ-ਪਾਸ ਜਾਂ ਅੱਧੀ ਰਾਤ ਤੋਂ ਬਾਅਦ ਮੌਸਮੀ ਹਲਚਲਾਂ ਦੇਖਣ ਨੂੰ ਮਿਲ ਸਕਦੀਆਂ ਨੇ ਕਈ ਇਲਾਕਿਆਂ ਦੇ ਵਿੱਚ ਹਨੇਰੀ ਵਰਗਾ ਮਾਹੌਲ ਜਾਂ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਕੁਝ ਹਿੱਸਿਆਂ ਵਿੱਚ ਹਲਕਾ ਫੁਲਕਾ ਸ਼ਰਾਟੇ ਦਾ ਰਮੀ ਦੇਖਣ ਨੂੰ ਮਿਲ ਸਕਦਾ ਹੈ ਤੇਸ ਤੋਂ ਬਿਨਾ ਜਿਹੜੇ ਪੰਜਾਬ ਦੇ ਪੂਰਬੀ ਇਲਾਕੇ ਹੋਣਗੇ ਜਿਵੇਂ ਐਸਬੀਐਸ ਨਗਰ ਫਤਿਹਗੜ੍ਹ ਸਾਹਿਬ ਹੋਵੇ ਚੰਡੀਗੜ੍ਹ ਮਹਾਲੀ ਪਟਿਆਲਾ ਸੰਗਰੂਰ ਲੁਧਿਆਣਾ ਜ਼ਿਲ੍ਹੇ ਦੇ ਪੂਰਬੀ ਭਾਗ ਹੁਸ਼ਿਆਰਪੁਰ ਦੇ ਇਲਾਕੇ ਹੋਗੇ ਨਮਾ ਸ਼ਹਿਰ ਤੱਕ ਦੇ ਭਾਗ ਹੋਗੇ ਸੋ ਇਹਨਾਂ ਭਾਗਾਂ ਦੇ ਵਿੱਚ ਫਿਲਹਾਲ ਜਿਹੜਾ ਮੌਸਮ ਅੱਧੀ ਰਾਤ ਜਾਂ 1 2 ਵਜੇ ਤੱਕ ਜਿਹੜਾ ਜ਼ਿਆਦਾਤਰ ਠੀਕ ਬਣੇ ਰਹੂਗਾ ਤੜਕੇ ਸਵੇਰ ਸਮੇਂ ਤੱਕ ਹੋ ਸਕਦਾ ਕਿ ਕੁਝ ਭਾਗਾਂ ਵਿੱਚ ਬੱਦਲਵਾਈ ਇਹਨਾਂ ਜ਼ਿਲ੍ਹਿਆਂ ਦੇ ਵੀ ਪਹੁੰਚ ਸਕਦੀ ਹੈ ਪਰ ਜ਼ਿਆਦਾਤਰ ਅਸਾਰਹੀ ਹੋਣਗੇ ਕਿ ਪੱਛਮੀ ਖੇਤਰ ਹੀ ਜ਼ਿਆਦਾ ਜਿਹੜੇ ਸੀਮਿਤ ਰਹਿਣਗੇ ਇਸ ਬੱਦਲਗੜਵਾਈ ਦੇ ਅੰ ਨਜ਼ਰ ਆ ਰਹੇ ਨੇ ਪਰ ਫਿਰ ਵੀ ਥੋੜੇ ਬਹੁਤ ਇੱਕ ਦੋ ਭਾਗਾਂ ਵਿੱਚ ਆਪਾਂ ਹਲਚਲ ਹੋਣ ਤੋਂ ਮੌਸਮ ਦੀ ਇਨਕਾਰ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦਿਨਾਂ ਵਿੱਚ ਜੋ ਮੌਸਮ ਹੈ ਅਚਾਨਕ ਬਦਲਦਾ ਰਹਿੰਦਾ ਹੈ ਕਈ ਵਾਰ ਛੋਟੇ ਬੱਦਲ ਹੁੰਦੇ ਨੇ ਜਿਹੜੇ ਆਲੇ ਦੁਆਲੇ ਖੇਤਰਾਂ ਦੇ ਵਿੱਚੋਂ ਹੋਰ ਨਵੇਂ ਇਕੱਠੇ ਪ੍ਰਾਪਤ ਕਰਕੇ ਜਿਆਦਾ ਥੋੜਾ ਜਿਹਾ ਤਕੜਾ ਰੂਪ ਵੀ ਧਾਰਨ ਕਰ ਜਾਂਦੇ ਨੇ ਜਿਸ ਕਰਕੇ ਥੋੜੇ ਜਿਹੇ ਵੱਡੇ ਖੇਤਰਾਂ ਦੇ ਵਿੱਚ ਵੀ ਮੌਸਮ ਦੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਸੂਬਾ ਪੱਲੇ ਸੰਖੇ ਵਿੱਚ ਕਹੀ ਹੈ ਤਾਂ ਅੱਜ ਆਪਾਂ ਨੂੰ ਰਾਤ ਦੇ ਸਮੇਂ ਪੰਜਾਬ ਦੇ ਕੁਝ ਖੇਤਰਾਂ ਵਿੱਚ ਮੌਸਮ ਬਦਲਿਆ ਹੋਇਆ ਦੇਖਣ ਨੂੰ ਮਿਲ ਸਕਦਾ ਹੈ ਹਨੇਰੀ ਮੀਂਹ ਵਰਗੇ ਜਿਹੜੇ ਆਸਾਰ ਨੇ ਤੇਜ਼ ਹਵਾਵਾਂ ਦੇ ਉਹ ਕੁਝ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਸਕਦੇ ਨੇ